ਬਾਈ ਆ ਜਾ ਉਰੇ ਗਰਮੀ ਬਹੁਤ ਕਰ ਰੱਖੀ ਆ ਰੱਬ ਹੋਰ ਬਾਈ ਕੁਛ ਨਾ ਯਾਰ ਕਿਵੇਂ ਬੈਠਾ 6 ਮਹੀਨੇ ਹੋ ਗਏ ਦੇਖਦੇ ਨਾ ਤੈਨੂੰ ਇੱਧਰ ਤੂੰ ਉਲਝਿਆ ਜਾ ਜਾਂਦਾ ਮੈਂ ਗੱਲ ਕੀ ਆ ਉਹ ਬਾਈ ਪੁੱਛਣਾ ਯਾਰ ਬਾਪੂ ਤੋਂ ਬਾਅਦ 6 ਮਹੀਨੇ ਹੋ ਗਏ ਯਾਰ ਮੈਂ ਤਾਂ ਨਾ ਪਟਵਾਰਖਾਨੇ ਦੀ ਚੱਕਰ ਲਾਈ ਜਾਂਦਾ ਯਾਰ ਬਹੁਤ ਬਹਿ ਜਾ ਉਹ ਤੈਨੂੰ ਪਤਾ ਨਾ ਡੈਡੀ ਆਪਣਾ ਸੀਧੇ ਆਹੋ ਕਰਾ ਗਿਆ ਸੀ ਆਪਣੀ ਵਸੀਅਤ ਕਰਾ ਗਿਆ ਸੀਗਾ ਅੱਛਾ ਤੇ ਆਪਣੀ ਰਜਿਸਟਰੀ ਰੁਕੀ ਪਈ ਆ ਯਾਰ ਅੱਛਾ ਅੱਛਾ ਬਹੁਤ ਟਾਈਮ ਹੋ ਗਿਆ ਯਾਰ ਮੈਨੂੰ ਧੱਕੇ ਖਾਂਦੇ ਨੂੰ ਯਾਰ ਉਹ ਮੈਂ ਸੁਣਿਆ ਵੀ ਆਪਣੇ ਨਵਾਂ ਪਟਵਾਰੀ ਆਇਆ ਅੱਛਾ ਬਾਈ ਆਪਣੇ ਪਿੰਡ ਅੱਛਾ ਤੇ ਕਹਿੰਦੇ ਉਹ ਵਧੀਆ ਬੰਦਾ ਅੱਛਾ ਬਾਈ ਤੂੰ ਉਹਦੇ ਕੋਲੇ ਜਾ ਕੇ ਦੇਖ ਕੀ ਪਤਾ ਤੇਰਾ ਬਣ ਜੇ ਕੰਮ ਠੀਕ ਹੈ ਬਾਈ ਹੈ ਬਾਕੀ ਜੇ ਤੇਰਾ ਨਾਂ ਬਾਈ ਕੁਛ ਬਣਦਾ ਦੇਖਿਆ ਕੱਲ ਨੂੰ ਆਪਾਂ ਧਰਨਾ ਲਾਵਾਂਗੇ ਅੱਛਾ ਜੇ ਜ਼ਰੂਰੀ ਧਰਨਾ ਲਾਉਣਗੇ ਮੈਥੋਂ ਤਾਂ ਜਾਇਆ ਨਹੀਂ ਜਾਣਾ ਅੱਛਾ ਮੈਨੂੰ ਤਾਂ ਕੰਮ ਆ ਕੱਲ ਨੂੰ ਜ਼ਰੂਰੀ ਅੱਛਾ ਹੈ ਜੇ ਕੁਛ ਬਣਦਾ ਦਿਸਿਆ ਬਾਈ ਤੂੰ ਕੱਲ ਨੂੰ ਉਹਨਾਂ ਦੇ ਨਾਲ ਜਾਏ ਧਰਨੇ 'ਤੇ ਹਾਂ ਧਰਨੇ 'ਤੇ ਕੱਲ ਨੂੰ ਦੁਨੀਆ ਦਾ ਧਰਨਾ ਕਿਸਾਨ ਦੁਨੀਆ ਲਾਉਣਗੇ ਧਰਨਾ ਚੱਲ ਮੈਂ ਦੇਖਦਾ ਫਿਰ ਹਾਂ ਸਭ ਕੋਲ ਜਾ ਕੇ ਕੀ ਕਹਿੰਦੇ ਚੰਗਾ ਚੰਗਾ ਹੈ ਨਾ ਹੋ ਜਾ ਫਿਲਹਾਲ ਤਾਂ ਇਹ ਮੰਤਰੀ ਸਾਹਿਬ ਦੀ ਲੋੜ ਹੈ ਜੀ ਮੰਤਰੀ ਸਾਹਿਬ ਨੂੰ ਮਿਲਣਾ ਪਊਗਾ ਠੀਕ ਹੈ ਚਲੋ ਠੀਕ ਹੈ ਸਰ ਜੀ ਤੁਹਾਨੂੰ ਮੰਤਰੀ ਸਾਹਿਬ ਨੂੰ ਮਿਲਣਾ ਪਊਗਾ ਹਾਂਜੀ ਹਾਂਜੀ ਪੱਕਾ ਠੀਕ ਹੈ ਸਰ ਜੀ ਧੰਨਵਾਦ ਠੀਕ ਹੈ ਗੱਡੀ ਕਿਵੇਂ ਰੁਕ ਲਈ ਯਾਰ ਟੀ ਧਰਨਾ ਲਾਈ ਖੜੇ ਨੇ ਮੂਰੇ ਜਾਇਆ ਕਰ ਦੇਖ ਕੇ ਫਿਰ ਕੀ ਕਰਨਾ ਦੇਖ ਕੇ ਬਾਈ ਕੀ ਗੱਲ ਆ ਗਈ ਪਤਾ ਕਰ ਮਾੜਾ ਮੋਟਾ ਆਪਾਂ ਨੂੰ ਟਾਈਮ ਖਿੱਚਣੀ ਆ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਅਸੀਂ ਗੱਡੀ ਨਹੀਂ ਜਾਣ ਦੇਣੀ ਗੱਲ ਸਿੱਧੀ ਜੀ ਅੱਜ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਅਸੀਂ ਗੱਡੀਆਂ ਸਾਰੀਆਂ ਰੋਕ ਦਾਂਗੇ ਹੁਣ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਸਾਂ ਦੁਨੀਆ ਜਿੰਦਾਬਾਦ 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 ਧੰਨਵਾਦ ਕੀ ਕਰਾਂ ਜਿੰਨੇ ਨੇ ਕੋਈ ਗ੍ਰਾਂਟ ਨਹੀਂ ਆਈ ਠੀਕ ਹੈ ਦੂਜੀ ਗੱਲ ਸਾਨੂੰ ਬਿਜਲੀ ਪੂਰੀ ਦਿੱਤੀ ਜਾਵੇ
ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅੱਗੇ ਜੀ ਘਰ ਦੇ ਵਿੱਚ ਸਾੜੋ ਪਾਣੀ ਲਾ ਕੇ ਛੱਡ ਦਿਓ, ਉਹ ਫਿਰ ਤੁਸੀਂ ਕਹਿ ਰਹੇ ਅੱਗੇ ਜੀ ਬਿਜਲੀ ਦੀ ਕਟੌਤੀ ਪੈ ਗਈ, ਪਾਣੀ ਬਹੁਤ ਡੂੰਘਾ ਜਾ ਰਿਹਾ, ਸਾਨੂੰ ਹੱਲ ਕੱਢੋ ਮਸਲਿਆਂ ਦੇ, ਸਾਡਾ ਪੂਰਾ ਕਰੋ ਸਾਰਾ ਕੁਛ ਸਾਡਾ। ਕਰਜ਼ਾ ਮਾਫ਼ ਵੀ ਕਰਾਂਗੇ, ਵੀ ਦੱਸੋ ਆਪਣੇ ਪੀਏ ਸਾਹਿਬ ਨੂੰ ਲਿਖਾਓ। ਸਾਡਾ ਕੋਈ ਕਰਜ਼ਾ ਨਹੀਂ ਮਾਫ਼ ਹੁੰਦਾ, ਥੋੜੀਆਂ ਲਾ ਰਹੇ ਨੇ, ਜੇ ਐਤਕੀ ਸਾਡਾ ਨਾ ਕਰਜ਼ਾ ਸਾਨੂੰ ਬਿਜਲੀ ਨਾ ਦਿੱਤੀ, ਅਸੀਂ ਇਹੀ ਚੱਕਰ ਰੱਖਣਾ, ਇੱਥੇ ਜਾਮ ਕਰਾਂਗੇ ਅਸੀਂ। ਬਜ਼ੁਰਗੋ ਟਾਈਮ ਲੱਗਦਾ ਹੁੰਦਾ ਹਰ ਕੰਮ ਨੂੰ ਕਰਨ ਲਈ, ਥੋੜਾ ਮੋਟਾ ਟਾਈਮ ਲੱਗਦਾ, ਹੋ ਹੀ ਜਾ ਰਿਹਾ ਕਰਜ਼ਾ ਹੋਰ ਪਿੰਡਾਂ 'ਚ, ਜਿੰਨਾ ਨਾ ਆ ਰਿਹਾ ਅਸੀਂ ਕਰ ਰਹੇ ਹਾਂ, ਸਾਥੋਂ ਜਿੰਨਾ ਹੋ ਰਿਹਾ ਸੀ ਉਨਾ ਕਰ ਰਹੇ ਹਾਂ। ਜਦੋਂ ਪੂਰੇ ਕਰੋ ਆਹ ਮੁੰਡੇ ਨੂੰ, ਆਹ ਮੁੰਡੇ ਦੇ ਪਿਓ ਦੀ ਡੈਥ ਨੂੰ 6 ਮਹੀਨੇ ਹੋ ਗਏ, ਹਜੇ ਤੱਕ ਰਜਿਸਟਰੀ ਨਹੀਂ ਹੋਈ, ਵਸੀਅਤ ਕਰਾ ਕੇ ਗਿਆ ਦੀ ਕੀ ਗੱਲ, ਕੀ ਕਹੀਏ ਤੁਹਾਨੂੰ, ਤੁਸੀਂ ਇੰਨੇ ਗਦਾਰ ਨਿਕਲ ਕੇ ਸਾਰਾ ਦੇਸ਼ ਤੁਸੀਂ ਕਰਪਟ ਕਰਤਾ, ਸਾਰਾ ਕੁਝ ਖਤਮ ਕਰਤਾ, ਸਾਡੀਆਂ ਮੰਗਾਂ ਪੂਰੀਆਂ ਕਰੋ, ਕਿਸਾਨ ਯੂਨੀਅਨ ਜਿੰਦਾਬਾਦ, 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 ਜਿੰਦਾਬਾਦ। ਸਾਰੇ ਮੰਤਰੀ ਇੱਕੋ ਜਿਹੇ ਨਹੀਂ ਹੁੰਦੇ, ਕੋਈ ਵਧੀਆ ਵੀ ਹੁੰਦੇ ਨੇ, ਤੁਸੀਂ ਦੱਸੋ ਤੁਹਾਡਾ ਸਾਰਾ ਹੱਲ ਕੀਤਾ ਜਾਊ, ਕੀ ਪ੍ਰੋਬਲਮ ਹੈ ਜੀ, ਕੀ ਮੰਗ? ਇਹਦਾ ਰਜਿਸਟਰੀ ਹੋਵੇ, ਸਾਡੀਆਂ ਮੰਗਾਂ ਪੂਰੀਆਂ ਹੋਣ, ਸਾਨੂੰ ਲਾਈਟ ਪੂਰੀ ਆਵੇ, ਮੁਸ਼ਕਲ ਕੌਣ ਪੈਦਾ ਕਰ ਰਿਹਾ ਇਹਦੇ ਕੰਮ ਦੇ ਵਿੱਚ, ਕੌਣ ਮੁਸ਼ਕਲ ਨਹੀਂ ਕਰ ਰਿਹਾ? ਸਾਨੂੰ ਨਹੀਂ ਪਤਾ, ਤੁਸੀਂ ਮੰਤਰੀਆਂ ਤੁਹਾਡੀ ਪਟਵਾਰੀ ਨੇ ਸਾਰਾ ਕੁਝ ਤੁਹਾਡਾ, ਸਾਨੂੰ ਸਾਡਾ ਕੰਮ ਹੋਣਾ ਚਾਹੀਦਾ, ਅਸੀਂ ਕਰਾਂਗੇ, ਤੁਸੀਂ ਦੱਸੋ ਜਿਵੇਂ ਹੋਇਆ ਦੱਸੋ ਭਾਈ ਤੁਹਾਡਾ ਕੀ ਉਹ ਹੈ, ਕੌਣ ਨਹੀਂ ਤੁਹਾਡਾ ਕੰਮ ਕਰਦਾ, ਪਟਵਾਰੀ ਨਹੀਂ ਮੰਨਦਾ, ਕੌਣ ਨਹੀਂ ਮੰਨਦਾ ਤੁਹਾਡੀ ਗੱਲ? ਕੋਈ ਸਾਡੀ ਉੱਥੇ ਕੋਈ ਮੰਨਦਾ ਜੀ, ਸਾਡੀ ਸਾਡੀ ਕੋਈ ਨਹੀਂ ਮੰਨਦਾ, ਉਹ ਸਾਰਾ ਜਲਦ ਕਰਨ ਉੱਤੇ ਜਾਂਦੇ ਸੀ, ਪੈਸੇ ਮੰਗਦੇ ਨੇ ਜੀ, ਪੈਸੇ ਮੰਗਦੇ ਨਹੀਂ, ਪੈਸੇ ਦੇ ਕੇ ਕੰਮ ਕਰਦੇ ਨੇ, ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ, ਜਿਹੜਾ ਪੈਸਾ ਮੰਗਦਾ ਸਾਨੂੰ ਦੱਸੋ, ਜਦ ਅਸੀਂ ਬੈਠੇ ਹਾਂ ਸਾਡੇ ਕੋਲ ਆਓ, ਸਿੱਧੇ ਆਓ, ਕਿਸੇ ਕਰਕੇ ਨਾ ਕਰੋ, ਕੋਈ ਬੰਦਾ ਨਾ ਵਿੱਚ ਪਾਓ, ਕੋਈ ਲੋੜ ਨਹੀਂ, ਸਾਡੇ ਕੋਲ ਸਿੱਧੇ ਆਓ, ਤੁਹਾਡਾ ਸਾਰਾ ਕੰਮ ਕਰਾਂਗੇ, ਤੁਹਾਡੇ ਜਿਹੜੀ ਉਹਦੀ ਰਜਿਸਟਰੀ ਦੀ ਗੱਲ ਆ ਉਹ ਵੀ ਸਾਡੇ ਕੋਲ ਆ ਜਾਓ, ਕੋਠੀ ਆ ਜਾਓ, ਤੁਹਾਡਾ ਉਹ ਕੰਮ ਕਰਕੇ ਦੇਵਾਂਗੇ, ਤੁਹਾਡਾ ਕੋਈ ਹੋਰ ਮੰਗ ਆ ਹੋਰ ਦੱਸੋ, ਬਾਕੀ ਆਪਣੇ ਪੀਏ ਜੀ ਨੂੰ ਲਿਖਾਓ ਸਾਰੀਆਂ ਉਹ। ਠੀਕ ਹੈ ਜੀ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਅਸੀਂ ਕਹਿ ਲੈਣੂ ਜੀ ਤੁਹਾਡੀ ਕੋਠੀ ਆ ਰਹੇ ਹਾਂ, ਜੇ ਸਾਡਾ ਕੰਮ ਨਾ ਹੋਇਆ ਤੁਹਾਡੀ ਕੋਠੀ ਨੂੰ ਅੱਗ ਲਾ ਦਾਂਗੇ, ਅਸੀਂ ਸਾਰਾ ਕੁਝ ਕਰਾਂਗੇ, ਚੱਕੇ ਜਾਮ ਕਰਾਂਗੇ, ਜਿਵੇਂ ਮਰਜ਼ੀ ਕਰੋ ਜੀ, ਸੋਟੇ ਆ ਤੁਸੀਂ ਦੱਸਿਓ ਤਾਂ ਉਹ ਜਿਹੜਾ ਹੁਕਮ ਹੋਊ ਉਹੀ ਕੁਝ ਕਰਾਂਗੇ। ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਇਲੈਕਸ਼ਨਾਂ ਦਾ ਟਾਈਮ ਆ, ਆਪਾਂ ਨੂੰ ਸਪੋਰਟ ਕਰਿਓ। ਠੀਕ ਹੈ ਜੀ, ਪਰ ਸਾਡੇ ਕੰਮ ਆਉਣੇ ਚਾਹੀਦੇ ਨੇ। ਹਾਂਜੀ ਹਾਂਜੀ ਜ਼ਰੂਰ। ਠੀਕ ਹੈ ਜੀ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, 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 ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਜਿੰਦਾਬਾਦ। ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ, ਪੂਰੀਆਂ ਕਰੋ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਯੂਨੀਅਨ ਜਿੰਦਾਬਾਦ, 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 ਜਿੰਦਾਬਾਦ। ਹਾਂਜੀ ਸਰ, ਹਾਂਜੀ ਹਾਂਜੀ, ਜਗਸੀਰ ਸਿੰਘ, ਹਾਂਜੀ ਹਾਂਜੀ ਹਾਂਜੀ, ਪੈਂਡਿੰਗ ਹੈ ਜੀ। ਓਕੇ ਸਰ, ਓਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਿਹੜਾ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਅਸੀਂ। ਠੀਕ ਹੈ ਜੀ, ਠੀਕ ਹੈ, ਹਾਂਜੀ।
ਮੇਰੀ ਹੁਣੀ ਗੱਲ ਹੋ ਗਈ ਆ ਫੋਨ ਆ ਗਿਆ ਸੀ ਠੀਕ ਹੈ ਜੀ ਤੁਹਾਡੇ ਸਵਾਲ ਦੀ ਅੱਛਾ ਜੀ ਕੋਈ ਗੱਲ ਨਹੀਂ ਕੰਮ ਹੋ ਗਿਆ ਅੱਛਾ ਠੀਕ ਹੈ ਪਰਵਾਹ ਸਾਹਿਬ ਇੱਕ ਸਮਝ ਨਹੀਂ ਆਈ ਜੀ ਮੈਨੂੰ 6 ਮਹੀਨੇ ਹੋਈ ਖਜਰਵਾਰ ਮੈਨੂੰ ਪਹਿਲਾਂ ਜੀ ਜੀ ਉਹਨਾਂ ਨੇ ਮੈਨੂੰ ਬਹੁਤ ਖਜਰਵਾਰ ਕਰਿਆ ਜੀ ਕਿੰਨੇ ਜੀ ਮਤਲਬ ਇੱਕ ਦਿਨ ਵਿੱਚ ਜੀ ਇਹ ਸਾਰੇ ਬੰਦੇ ਇੱਕੋ ਹੀ ਹੁੰਦੇ ਅਲੱਗ ਅਲੱਗ ਸੋਚ ਹੈ ਜੀ ਠੀਕ ਹੈ ਠੀਕ ਹੈ ਜੀ ਅੱਗੇ ਕੋਈ ਹੋਰ ਆਊਗਾ ਉਹਦੀ ਅਲੱਗ ਸੋਚ ਹੋਊਗੀ ਮੇਰੀ ਅਲੱਗ ਹੈ ਪਹਿਲਾਂ ਦੀ ਹੋਰ ਸੀ ਠੀਕ ਹੈ ਨਾ ਤੁਹਾਡਾ ਕੰਮ ਹੁਣੇ ਆਪਣਾ ਕੰਮ ਹੋ ਗਈ ਹਾਂ ਜੀ ਹਾਂ ਬਸ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡਾ ਕੰਮ ਸੀ ਜੀ ਆਪਣਾ ਇਹ ਜੀ ਮਾਨਤਾ ਜਿਹਾ ਕਰਦੇ ਸੀ ਸਾਡਾ ਕੰਮ ਜਿਹਾ ਬਣਾ ਦਿਓ ਬਹੁਤ ਗੇੜੇ ਖਾਦੇ ਨਹੀਂ ਬਸ ਤੇ ਤੁਸੀਂ ਰੱਖੋ ਜੀ ਰੱਖੋ ਕੋਈ ਗੱਲ ਨਹੀਂ ਕੰਮ ਤੁਹਾਡਾ ਹੋ ਜਾਊਗਾ ਜੀ ਸਾਡੇ ਬਾਂਸ ਦੀ ਕੀਮਤ ਵਧਾ ਦਿਓ ਜੀ ਕੋਈ ਗੱਲ ਨਹੀਂ ਕੋਈ ਗੱਲ ਹੈ ਨਾ ਡਾਕੂਮੈਂਟ ਪੂਰੇ ਕਰੋ ਜੀ ਅੱਛਾ ਜੀ ਇਹਨਾਂ ਆਧਾਰ ਕਾਰਡ ਵੋਟਰ ਕਾਰਡ ਹੋਰ ਆਪਣਾ ਪੈਨ ਕਾਰਡ ਦੀ ਕਾਪੀ ਲਾਓ ਠੀਕ ਹੈ ਜੀ ਫਿਰ ਬਾਅਦ ਤੁਸੀਂ ਲੈ ਜਾਓ ਨਾਲੇ ਤੁਸੀਂ ਇਹ ਕੰਮ ਨਾ ਕਰਿਆ ਕਰੋ ਇਹ ਬੰਦ ਕਰ ਦਿਓ ਇਹ ਪੁਰਾਣੇ ਟਾਈਮ 'ਚ ਚੱਲਦੇ ਸੀ ਕੰਮ ਠੀਕ ਹੈ ਜੀ ਗਲਤੀ ਹੋ ਗਈ ਠੀਕ ਹੈ ਜੀ ਓਕੇ ਤੁਸੀਂ ਲੈ ਜਾਓ ਆਪਾਂ ਕਰ ਠੀਕ ਹੈ ਜੀ ਓਕੇ